भारत की केंद्र सरकार वालों बनाए गए खेती कानून नूं रद्द करवाउण दे लई अते किसानी अंदोलन विच गिरफ्तार किए गए किसानों की रिहाई दे लई कस्बा मानावाला तो NRI वीरां बाबा गुरलाल सिंह बाबा राजन सिंह मोड़े कलां नौजवान किसानों की अगवाई हेठ वड्डी गिणती दे विच ट्रैक्टर ट्रालियां कारां मोटरसाइकलां जीपां ते होर वाहनां राही विशाल रोस मार्च कढ़िया गया। इस मौके उक्त किसानों ने प्रधानमंत्री नरेंद्र मोदी का पिट छापा किया अते किसानी अंदोलन विच गिरफ्तार किए गए नौजवानों की रिहाई की मांग की। गुरलाल सिंह केड़ी जथेबंदी अज पिंड मानावाला तो नौजवान वीर वालों संगत वालों समूह NRI वीर सहयोग के नाल ये रोस मार्च जिहड़ा है इलाके के वख वख पिंड कढ़िया गया जी। ये कित्थे कित्थे चलेगा जी? इस वेले असी नगर वैरो के खड़े हाँ जी। ये तो पहला मानावाला तो शुरू होके पिंड भुलर उसके बाद चगावा लोपो के पड़ा दर पड़ा इस वेले वैरो की पहुंचे हैं। इस तो अगे हुण जिहड़े पिंड ने उन्हां दे विच असी जा करके पीलोवाल और उहदे तो बाद काकड़ इस तरह सारे पिंडां विचों विचरदे हुए शाम नूं समाप्ति जिहड़ी है उह मानावाला पिंड विच ही कीती जावेगी। इह किहड़े संबंध च कढ़िया गया? इस रोस मार्च दे कढ़न दा मुख मकसद जिहड़ा है जिवें आप जी जाणदे हो कि इस वेले किसानी अंदोलन दिल्ली दे बार्डरां ते चल रिहा है और जो 26 तरीक नूं घटनाक्रम होया उहदे तों बाद सरकार वल्लों जाण बुझ के वीर दीप सिद्धू वीर रणजीत सिंह भैन नवदीप कौर ते होर तकरीबन 400 दे करीब वीर भैणा बजुर्ग साढ़े उन्हां नूं जेलां विच बंद कर दिता गया। उन्हां दी रिहाई वास्ते उन्हां दे हक विच आवाज़ बुलंद करन दे लई ये उपराला जिहड़ा रोस मार्च दा कीता गया जी, तां कि आम लोकां नूं वी पता लग सके जिहड़े अजे तक पिंडां विच ने दिल्ली नहीं गए उन्हां नूं समझ आ सके कि इस वेले इन्हां दिनां विच साढ़े नाल की धक्का जिहड़ा उह हो रिहा है। ਜਦੋਂ ਅਸੀਂ ਆਪਣੇ ਹੱਕਾਂ ਦੀ ਖਾਤਰ ਬੈਠੇ ਹਾਂ ਹੱਕ ਲੈਣ ਦੇ ਲਈ ਅਸੀਂ ਆਪਣੀ ਆਵਾਜ਼ ਨੂੰ ਬੁਲੰਦ ਕਰ ਰਹੇ ਹਾਂ ਅਤੇ ਉਸ ਆਵਾਜ਼ ਨੂੰ ਜਿਹੜਾ ਹੈ ਦੱਬਣ ਵਾਸਤੇ ਸਰਕਾਰ ਵੱਲੋਂ ਸਾਡੇ ਵੀਰਾਂ ਨੂੰ ਭੈਣਾਂ ਨੂੰ ਜੇਲ੍ਹਾਂ ਵਿੱਚ ਸੁੱਟਿਆ ਗਿਆ ਹੈ ਉਹਨਾਂ ਦੀ ਰਿਹਾਈ ਦੇ ਲਈ ਇਹ ਰੋਸ ਮਾਰਚ ਜਿਹੜਾ ਕੱਢਿਆ ਗਿਆ ਜੀ। ਜੇ ਸਰਕਾਰ ਵੱਲੋਂ ਜੇ ਤੁਹਾਡੀਆਂ ਇਹ ਮੰਗਾਂ ਨਾ ਮੰਨੀਆਂ ਗਈਆਂ ਅਗਲਾ ਸੰਘਰਸ਼ ਕੀ ਹੋਵੇਗਾ? ਫਿਰ ਜੇ ਇਹੜਾ ਜਿਹੜਾ ਜੀ ਉਹ ਸਮੇਂ ਦੇ ਨਾਲ ਸਾਰੀ ਵਿਚਾਰ ਕਰਕੇ ਸੰਗਤਾਂ ਦੇ ਨਾਲ ਜਥੇਬੰਦੀਆਂ ਦੇ ਸਿੰਘਾਂ ਦੇ ਨਾਲ ਵਿਚਾਰ ਕਰਕੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਅਸੀਂ ਵੱਖਰੀ ਰੂਪ ਰੇਖਾ ਜਿਹੜੀ ਉਹ ਸੰਘਰਸ਼ ਦੀ ਉਲੀਕਾਂਗੇ। ਉੱਥੇ ਦੂਜੇ ਪਾਸੇ ਕਸਬਾ ਲਪੋਕੇ ਦੇ ਸਟੇਡੀਅਮ ਵਿੱਚ ਅਜੇਬੀਰ ਸਿੰਘ ਸੰਧੂ ਲਪੋਕੇ, ਨਿਰਵੈਰ ਸਿੰਘ ਫੌਜੀ ਭਿੱਲੋਵਾਲ ਕੱਚਾ ਸਰਪੰਚ, ਗੁਰਸੇਵਕ ਸਿੰਘ ਗੈਵੀ ਸਰਪੰਚ, ਸੁਖਦੇਵ ਸਿੰਘ ਭਿੱਲੋਵਾਲ ਕੱਚਾ ਦੀ ਅਗਵਾਈ ਹੇਠ ਸੈਂਕੜੇ ਨੌਜਵਾਨਾਂ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਬੁਲਾਰਿਆਂ ਨੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨ ਨੂੰ ਵਾਪਸ ਲੈਣ ਦੀ ਮੰਗ ਕੀਤੀ। ਬੇਕਸੂਰ ਨੌਜਵਾਨ ਫੜੇ ਗਏ ਆ, ਉਹਨਾਂ ਦੇ ਹੱਕ ਵਿੱਚ ਅਸੀਂ ਰੈਲੀ ਕੱਢ ਰਹੇ ਹਾਂ। ਇਹ ਸਾਡਾ ਰੂਟ ਭਾਜੀ ਉਹਨਾਂ ਨੇ ਦੱਸ ਹੀ ਦਿੱਤਾ ਕਿ ਲੋਕੋਗੇ ਤੋਂ ਅਟਾਰੀ ਥਾਣੀ ਹੁੰਦੇ ਹੋਏ ਫਿਰ ਲੋਕੋਗੇ ਹੀ ਵਾਪਸੀ ਕਰਾਂਗੇ। ਸਟੇਡੀਅਮ ਲੋਕੋਗੇ ਤੋਂ ਰੈਲੀ ਕੱਢੀ ਜਾ ਰਹੀ ਆ ਮੋਦੀ ਸਰਕਾਰ ਵਿਰੁੱਧ, ਕਿੱਥੋਂ ਕਿੱਥੇ ਜਾਵੇਗੀ? ਇਹ ਜੀ ਅਸੀਂ ਲੋਕੋਗਿਆਂ ਤੁਰ ਕੇ ਚਗਾਵਾਂ ਰਾਮ ਤੀਰਥ ਮਾਲੀ ਬਾਈਪਾਸ ਦੇ 10 ਮਿੰਟ ਅਸੀਂ ਧਰਨਾ ਦੇਵਾਂਗੇ ਰੋਕੇ, ਉਸ ਤੋਂ ਬਾਅਦ ਅਸੀਂ ਬਾਈਪਾਸ ਹੁੰਦੇ ਹੋਏ ਸਾਰਾ ਖਾਸੇ ਤੋਂ ਅਟਾਰੀ ਮੋੜ ਤੋਂ ਵਾਪਸੀ ਭਗਵਾਂ ਸਿੰਘ ਮਾਥਾ ਨਹੀਂ, ਫਿਰ ਅਸੀਂ ਸ਼ਹੀਦ ਮੇਵਾ ਸਿੰਘ ਲੋਕੋਗੇ ਸਟੇਡੀਅਮ। ਕਿਹੜੇ ਸੰਬੰਧ 'ਚ ਕੱਢੀ ਜਾ ਰਹੀ ਹੈ ਰੈਲੀ? ਇਹ ਜਿਹੜੇ ਸਾਡੇ ਇਹਨਾਂ ਨੇ 26 ਤਰੀਕ ਨੂੰ ਇਹਨਾਂ ਨੇ ਉੱਥੇ ਸਾਡੇ ਸਿੰਘ ਗ੍ਰਿਫਤਾਰ ਕੀਤੇ ਉਹਨਾਂ ਦੀ ਰਿਹਾਈ ਵਾਸਤੇ ਇਹ ਚੇਤਨਾ ਮਾਰਚ ਕੱਢਿਆ ਜਾ ਰਿਹਾ ਵੀ ਸਾਰੇ ਜਿਹੜੇ ਸਾਡੇ ਉੱਥੇ ਸਿੰਘ ਇਹਨਾਂ ਨੇ ਫੜ ਕੇ ਅੰਦਰ ਦਿੱਤੇ ਆ ਉਹ ਜੇਲ੍ਹਾਂ 'ਚੋਂ ਬਾਹਰ ਕੱਢਣ ਅਤੇ ਸਾਡੇ ਹੱਕ ਸਾਨੂੰ ਮਿਲਣ ਅਤੇ ਕਾਲੇ ਕਾਨੂੰਨ ਰੱਦ ਹੋਣ। ਜੇ ਫਿਰ ਵੀ ਉਹਨਾਂ ਨੂੰ ਰਿਹਾ ਨਾ ਕੀਤਾ ਗਿਆ ਤਾਂ ਤੁਹਾਡਾ ਅਗਲੀ ਕੀ ਹੋਏਗਾ ਸਟੈਪ? ਇਹ ਸੰਘਰਸ਼ ਜਾਰੀ ਰਹੇਗਾ, ਇਸੇ ਤਰ੍ਹਾਂ ਹੀ ਚੇਤਨਾ ਮਾਰਚ ਅਸੀਂ ਕਰਦੇ ਰਹਾਂਗੇ, ਰੈਲੀਆਂ ਕੱਢਦੇ ਰਹਾਂਗੇ, ਇੱਕ ਨਾ ਇੱਕ ਦਿਨ ਸਰਕਾਰ ਨੂੰ ਸਾਡੇ ਅੱਗੇ ਝੁਕਣਾ ਪਏਗਾ। ਲਪੋਕੇ ਤੋਂ ਗੁਰਵਿੰਦਰ ਸਿੰਘ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ TV।